ਆਧੁਨਿਕ ਟੈਕਨੋਲੋਜੀ ਦੇ ਖੇਤਰ ਵਿੱਚ ਖਬਰਾਂ ਸਵਾਦ ਅਤੇ ਸੰਚਾਰ ਦੇ ਵੱਧ ਰਹੇ ਵਿਕਲਪਾਂ ਨੇ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਪ੍ਰਾਪਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਕੁਝ ਸੀਮਿਤ ਪਲੇਟਫਾਰਮਾਂ ਤੇ ਆਮ ਲੋਕਾਂ ਦੀ ਨਿਰਭਰਤਾ ਨੂੰ ਘਟਾ ਦਿੱਤਾ ਹੈ। ਪਰ ਕੋਈ ਵੀ ਖਬਰ ਦੇਣ ਲਈ ਲੋੜੀਂਦੀ ਪਰਿਪੱਕਤਾ ਦੀ ਅਜੇ ਵੀ ਘਾਟ ਹੈ। ਡੰਡੀ ਅਜਿਹੇ ਕਈ ਮੌਕੇ ਸਾਹਮਣੇ ਆਉਂਦੇ ਰਹਿੰਦੇ ਹਨ। ਵਿਅਕਤੀ ਨੂੰ ਖਬਰ ਦੇ ਰੂਪ ਵਿੱਚ ਕੋਈ ਸੁਨੇਹਾ ਮਿਲਦਾ ਹੈ ਤਾਂ ਉਹ ਉਸ ਦੀ ਪੁਸ਼ਟੀ ਕਰਨ ਦੀ ਬਜਾਏ ਉਸੇ ਰੂਪ ਵਿੱਚ ਦੂਜੇ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਡੰਡੀ ਪਹਿਲਾਂ ਜਦੋਂ ਸੰਚਾਰ ਦੇ ਸਾਧਨਾਂ ਦੀ ਘਾਟ ਸੀ ਉਦੋਂ ਅਜਿਹੀ ਗੱਲ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣ ਵਿੱਚ ਸਮਾਂ ਲੱਗ ਜਾਂਦਾ ਸੀ ਅਤੇ ਇਸ ਸਿਲਸਿਲੇ ਵਿੱਚ ਕਈ ਵਾਰ ਉਸ ਗੱਲ ਦੀ ਤੀਬਰਤਾ ਕਮਜ਼ੋਰ ਹੋ ਜਾਂਦੀ ਸੀ। ਡੰਡੀ ਪਰ ਤਕਨੀਕੀ ਵਿਕਾਸ ਦੇ ਇਸ ਯੁੱਗ ਵਿੱਚ ਵੱਡੀ ਆਬਾਦੀ ਕੋਲ ਮੋਬਾਈਲ ਜਾਂ ਸਮਾਰਟਫੋਨ ਤੱਕ ਪਹੁੰਚ ਹੈ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਰੂਪ ਦੀ ਵਰਤੋਂ ਕਰਦੇ ਹਨ ਜੋ ਅੱਜ ਸੰਚਾਰ ਅਤੇ ਸੰਚਾਰ ਦਾ ਸਭ ਤੋਂ ਤੇਜ਼ ਅਤੇ ਪ੍ਰਭਾਵਸ਼ਾਲੀ ਸਾਧਨ ਬਣ ਗਿਆ ਹੈ। ਡੰਡੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਵਿਅਕਤੀ ਬਿਨਾਂ ਪੁਸ਼ਟੀ ਕੀਤੇ ਸੋਸ਼ਲ ਮੀਡੀਆ ਰਾਹੀਂ ਕਿਸੇ ਘਟਨਾ ਦੀ ਜਾਣਕਾਰੀ ਦੂਜੇ ਵਿਅਕਤੀ ਨੂੰ ਭੇਜਦਾ ਹੈ ਤਾਂ ਇਸ ਦੇ ਫੈਲਣ ਦੀ ਰਫ਼ਤਾਰ ਅਤੇ ਇਸ ਦਾ ਅਸਰ ਕੀ ਹੋਵੇਗਾ। ਡੰਡੀ ਇਸੇ ਲਈ ਪ੍ਰਧਾਨ ਮੰਤਰੀ ਨੇ ਸੰਚਾਰ ਦੇ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਸੋਸ਼ਲ ਮੀਡੀਆ ਤੇ ਕਿਸੇ ਵੀ ਖਬਰ ਜਾਂ ਘਟਨਾ ਨੂੰ ਫੈਲਾਉਣ ਦੇ ਸੰਬੰਧ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਡੰਡੀ ਉਹਨਾਂ ਨੇ ਕਿਹਾ ਹੈ ਕਿ ਜਾਲੀ ਖਬਰਾਂ ਬਹੁਤ ਖਤਰਨਾਕ ਹਨ ਅਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਇੱਥੋਂ ਤੱਕ ਕਿ ਇੱਕ ਵੀ ਜਾਲੀ ਖਬਰ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਇਹਨਾਂ ਨੂੰ ਰੋਕਣ ਲਈ ਦੇਸ਼ ਨੂੰ ਉੱਨਤ ਟੈਕਨੋਲੋਜੀ ਤੇ ਜ਼ੋਰ ਦੇਣਾ ਪਵੇਗਾ। ਡੰਡੀ ਦਿਨ ਬ ਦਿਨ ਇਹ ਦੇਖਿਆ ਜਾਂਦਾ ਹੈ ਕਿ ਆਮ ਲੋਕ ਭਾਵੇਂ ਬਿਨਾਂ ਕਿਸੇ ਝਿਜਕ ਦੇ ਕੁਝ ਵੇਰਵਿਆਂ ਨੂੰ ਪਾਸ ਕਰ ਦਿੰਦੇ ਹਨ ਜੋ ਸੱਚਾਈ ਤੋਂ ਕੋਹਾਂ ਦੂਰ ਹਨ, ਪਰ ਉਹ ਕਿਸੇ ਵਿਅਕਤੀ ਅਤੇ ਸਮਾਜ ਤੇ ਵੀ ਬਹੁਤ ਵੱਡਾ ਪ੍ਰਭਾਵ ਪਾ ਸਕਦੇ ਹਨ। ਡੰਡੀ ਝੂਠੀਆਂ ਅਤੇ ਨਫ਼ਰਤ ਭਰੀਆਂ ਖਬਰਾਂ ਕਾਰਨ ਕਈ ਵਾਰ ਹਿੰਸਾ ਅਤੇ ਦੰਗੇ ਫੈਲਾਉਣ ਦੀ ਸਥਿਤੀ ਬਣ ਜਾਂਦੀ ਹੈ। ਡੰਡੀ ਵਿਡੰਬਣਾ ਇਹ ਹੈ ਕਿ ਅੱਜ ਕੱਲ੍ਹ ਬਿਨਾਂ ਸੋਚੇ ਸਮਝੇ ਜਾਲੀ ਖਬਰਾਂ ਫੈਲਾਉਣ ਦਾ ਰੁਝਾਨ ਬਣਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਲੋਕ ਕਿਸੇ ਵੀ ਮਾਧਿਅਮ ਰਾਹੀਂ ਪ੍ਰਾਪਤ ਜਾਣਕਾਰੀ ਦੀ ਸੱਚਾਈ ਦੀ ਪੁਸ਼ਟੀ ਕਰਨਾ ਜ਼ਰੂਰੀ ਨਹੀਂ ਸਮਝਦੇ। ਡੰਡੀ ਉੱਥੇ ਹੀ ਹੱਥਾਂ 'ਚ ਮੌਜੂਦ ਸਮਾਰਟਫੋਨ ਅਤੇ ਇੰਟਰਨੈੱਟ ਜਿਸ ਰਾਹੀਂ ਉਹ ਫਰਜ਼ੀ ਖ਼ਬਰਾਂ ਫੈਲਾਉਣ ਦਾ
ਹਿੱਸਾ ਬਣ ਰਹੇ ਹਨ। ਡੰਡੀ ਲਓ ਜੀ, ਇੱਥੇ ਆਪਣਾ ਇਹ 80 ਵਰਡ ਪਰ ਮਿੰਟ ਦੀ ਡਿਕਟੇਸ਼ਨ ਜਿਹੜੀ ਕੰਪਲੀਟ ਹੋ ਗਈ ਹੈ। ਜੇਕਰ ਤੁਹਾਨੂੰ ਇਹ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਵੀ ਡਿਕਟੇਸ਼ਨਸ ਮਿਲਦੀਆਂ ਰਹਿਣਗੀਆਂ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।